ਰਾਮ ਗਏ ਰਾਮ
ਜਾਣਿਆ ਤੇਰਾ ਹੀ ਨਾਮ ਜਿਤ ਆਵੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ।
Thank you.
Thank you.
Yeah.
ਸਾਡੇ ਬਹੁਤ ਸਤਿਕਾਰਯੋਗ ਮਾਤਾ ਜੀ, ਮਾਤਾ ਸੁਰਜੀਤ ਕੌਰ ਜੀ, ਸਤਿਗੁਰ ਮਹਾਰਾਜ ਜੀ, ਜਿੰਨੀ ਉਹਨਾਂ ਨੂੰ ਸਵਾਸਥਾਂ ਦੀ ਪੂੰਜੀ ਬਖਸ਼ੀ ਸੀ ਉਸ ਨੂੰ ਭੋਗਦੇ ਹੋਏ ਸਤਿਗੁਰ ਮਹਾਰਾਜ ਜੀ ਦੇ ਹੁਕਮ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਅਕਾਲ ਚਲਾਣਾ ਕਰ ਗਏ ਸਨ। ਅੱਜ ਅਸੀਂ ਸਾਰੇ ਦੂਰ ਨੇੜੇ ਤੋਂ ਆਏ ਹੋਏ ਰਿਸ਼ਤੇਦਾਰ, ਸਾਥ ਸੰਬੰਧੀ, ਮਾਣਯੋਗ ਮਾਤਾ ਜੀ ਦੇ ਨਾਲ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਲਈ ਕਿ ਸਭ ਕੁਝ ਸੱਚੇ ਪਾਤਸ਼ਾਹ ਜੀਓ, ਅਸੀਂ ਖੱਟੇ ਬਹੁਤ ਕਮਾਉਣ ਦੇ ਅੰਤ ਨਾ ਪਾਇਆ ਵਾ, ਹਰ ਕਿਰਪਾ ਕਰਕੇ ਬਖਸ਼ ਦੇਵੋ, ਹੋ ਪਾਪੀ ਵਰਤ ਕਿ ਸਭ ਕੁਝ ਸੱਚੇ ਪਾਤਸ਼ਾਹ ਜੀਓ ਜੀ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਇਸ ਸੰਸਾਰ ਦੀ ਯਾਤਰਾ ਕਰਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਨਹੀਂ ਅਨੇਕ ਗਲਤੀਆਂ ਭੁੱਲਾਂ ਹੋ ਜਾਂਦੀਆਂ, ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਬਖਸ਼ਣ ਬਖਸ਼ ਲੈਣਾ ਜੀ। ਸੋ ਗੁਰੂ ਕੀ ਸੰਗਤ ਜੀ, ਅਸੀਂ ਸਾਰਿਆਂ ਨੇ ਰਲ ਮਿਲ ਕੇ ਮਾਣਯੋਗ ਮਾਤਾ ਜੀ ਦੇ ਨਵੇਂ ਅਰਦਾਸ ਦੇ ਜੋ ਕਰਕੇ ਜਾਣੇ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਮਾਣਯੋਗ ਮਾਤਾ ਜੀ ਨੂੰ ਸਦੀਵੀ ਕਾਲ ਪਿੱਛੇ ਪਰਿਵਾਰ ਨੂੰ ਮਾਣਾ ਕਰਨ ਦਾ ਗੁਰਸਿੱਖੀ ਜੀਵਨ ਨਾਮ ਨਾਮ ਨਿਦਾਨ ਬਖਸ਼ਣ, ਇਹ ਸਰੀਰਾ ਮੇਰਾ ਇਸ ਜਨਮੇ ਆਏ ਕਿ ਕਿਆ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਹ ਉੱਠੇ ਜਾਣ। ਸਤਿਗੁਰ ਮਹਾਰਾਜ ਬਾਣੀ ਦੇ ਵਿੱਚ ਫਰਮਾਉਂਦੇ ਨੇ ਕਿ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਈ ਹੈ ਕਿਆ ਕਿਉਂਕਿ ਸੰਸਾਰ ਦੇ ਵਿੱਚ ਸਤਿਗੁਰ ਮਹਾਰਾਜ ਜੀ ਨੇ ਸਾਨੂੰ ਜਿਸ ਕਾਰਜ ਵਾਸਤੇ ਭੇਜਿਆ ਹੈ ਮੈਨੂੰ ਮਾਫ ਕਰਨਾ, ਅਸੀਂ ਮਹਾਰਾਜ ਗੁਰੂ ਸਾਹਿਬ ਨਾਲ ਕੁਛ ਕਰਕੇ ਅਸੀਂ ਸਰੀਰ ਲੋੜਾਂ ਦੇ ਨਾਲ ਜੁੜ ਗਏ ਹਾਂ। ਕਿਉਂਕਿ ਜਿੱਥੇ ਅਸੀਂ ਆਪਣੇ ਦੁਨਿਆਵੀ ਕੰਮ ਕਾਰ ਕਰਨੇ ਨੇ ਜਿਹੜੇ ਕਿ ਸੰਗਤ ਜੀ, ਉੱਥੇ ਅਸੀਂ ਜਿਤਨਾ ਵੀ ਸਮਾਂ ਗੁਰੂ ਸਾਹਿਬ ਵਾਸਤੇ ਕੱਢ ਸਕਦੇ ਹਾਂ ਸਾਨੂੰ ਸਤਿਸੰਗ ਸੰਗਤ ਕਰਨੀ ਚਾਹੀਦੀ ਹੈ, ਕਿਉਂਕਿ ਇਹ ਜੋ ਮਨੁੱਖੀ ਸਰੀਰ ਸਤਿਗੁਰ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਧਰਮ ਰਾਏ ਜਬ ਲੇਖਾ ਮਾਨੇ ਕਿਆ ਮੁੱਖ ਲੇਖਾ ਹੈ, ਕਿਉਂਕਿ ਗੁਰੂ ਕੀ ਸੰਗਤ ਜੀ ਇਹ ਸੰਸਾਰਿਕ ਸੁੱਖ ਇਹ ਤਨ ਪਦਾਰਥ ਸਭ ਕੁਛ ਇੱਥੇ ਹੀ ਰਹਿ ਜਾਣਾ ਹੈ, ਉਸ ਘਰ ਦੇ ਵਿੱਚ ਕੇਵਲ ਤਾਂ ਕੇਵਲ ਸਾਡਾ ਕੀਤਾ ਹੋਇਆ ਨਾਮ ਸਿਮਰਨ, ਸੇਵਾ ਸਿਮਰਨ, ਸਤਸੰਗਤ, ਚੰਗੇ ਕਰਮ, ਇਹ ਸਭ ਕੁਛ ਸਾਡੇ ਨਾਲ ਰਹਿ ਜਾਣਾ, ਬਾਕੀ ਸਾਰਾ ਕੁਛ ਇੱਥੇ ਹੀ ਰਹਿ ਜਾਣਾ ਹੈ। ਸੋ ਮੇਰੀ ਸੁਖ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ
ਵੀ ਜਿਤਨਾ ਵੀ ਸਮਾਂ ਮਿਲਿਆ ਮਿਲਦਾ ਹੈ ਆਪਣੇ ਕੰਮ ਕਰ ਦਿਆ ਵੀ ਕੰਮਾਂ ਨੂੰ ਤਿਆਗਦੇ ਹੋਏ, ਕਿਉਂਕਿ ਗੁਰੂ ਕੀ ਸੰਗਤ ਜੀ ਇਹ ਜੋ ਪੋਹ ਦਾ ਮਹੀਨਾ ਚੱਲ ਰਿਹਾ ਹੈ ਇਹ ਸਾਡੇ ਵਾਸਤੇ ਬਹੁਤ ਹੀ ਦੁਖਦਾਇਕ ਮਹੀਨਾ ਹੈ, ਕਿਉਂਕਿ ਇਸ ਮਹੀਨੇ ਦੇ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਰਾ ਸਰਬੰਸ ਦੇਸ਼ ਕੌਮ ਦੇ ਲਈ ਸਾਡੇ ਲਈ ਕੁਰਬਾਨ ਕੀਤਾ। ਸੋ ਗੁਰੂ ਕੀ ਸੰਗਤ ਜੀ ਸਾਡਾ ਵੀ ਕੁਝ ਫਰਜ਼ ਬਣਦਾ ਹੈ, ਅਸੀਂ ਗੁਰੂ ਨੂੰ ਦੇਖ ਤਾਂ ਕੁਝ ਨਹੀਂ ਸਕਦੇ ਪਰ ਕੋਸ਼ਿਸ਼ ਕਰਿਆ ਕਰੋ ਕਿ ਇਸ ਮਹੀਨੇ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਇਕੱਤਰ ਹੋਵੇ, ਕਿਉਂਕਿ ਅੱਜ ਕੱਲ੍ਹ ਟੀਵੀ ਮੀਡੀਆ ਦਾ ਬਹੁਤ ਮਾਹੌਲ ਹੈ ਘਰਾਂ ਦੇ ਵਿੱਚ। ਮੈਂ ਮਾਫ਼ੀ ਚਾਹੁੰਦਾ ਮੂੰਹ ਸੰਗਤ ਕੋਲੋਂ ਦੁਬਾਰਾ ਫਿਰ ਸੋ ਮੇਰੀਆਂ ਵਰਗਾ ਹੱਥ ਜੋੜ ਕੇ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜਿਆ ਤਾਂ ਹੀ ਇਹ ਜੋ ਆਉਣ ਵਾਲੀ ਪੀੜ੍ਹੀ ਹੈ ਆਉਣ ਵਾਲੀ ਨਵੀਂ ਜਨਰੇਸ਼ਨ ਹੈ, ਕਿਉਂਕਿ ਮਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਲਈ। ਸੋ ਕੋਸ਼ਿਸ਼ ਕਰਿਆ ਕਰੋ ਜਿਤਨਾ ਵੀ ਸਮਾਂ ਮਿਲੇ ਗੁਰੂ ਸਾਹਿਬ ਦੇ ਨਾਲ ਜੁੜਨ ਦਾ ਪੂਰਾ ਲੜਿਆ ਕਰੀਏ। ਮਾਂ ਯੋਗ ਮਾਤਾ ਜੀ ਨੂੰ ਸਤਿਗੁਰ ਮਹਾਰਾਜ ਜੀ ਅਸੀਂ ਸਾਰੀ ਸੰਗਤ ਨੇ ਰਲ ਮਿਲ ਕੇ ਅਰਦਾਸ ਦੇ ਜੋਦੜੀ ਕਰਨੀ ਹੈ ਵੀ ਉਹ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਰੀ ਸੰਗਤ ਆਓ ਸਾਰੀ ਸੰਗਤ ਰਲ ਮਿਲ ਕੇ ਮਾਂ ਯੋਗ ਮਾਤਾ ਜੀ ਦੇ ਨਾਲ ਜਿਤਨੀ ਵੀ ਸੰਗਤ ਜੁੜ ਬੈਠੇ ਸਾਰੀ ਸੰਗਤ ਰਲ ਮਿਲ ਕੇ ਮਾਂ ਯੋਗ ਮਾਤਾ ਜੀ ਦੇ ਨਾਲ ਜੋ ਹੋਵੇ ਸਾਰੀ ਸੰਗਤ ਕਿ ਮਾਂ ਯੋਗ ਮਾਤਾ ਜੀ ਦਾ ਵੀ ਮੇਲ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਨਾਲ ਹੋ ਸਕੇ, ਸਾਡੀ ਸਾਰੀ ਸੰਗਤ ਦਾ ਪਿਆਰ ਸਤਿਗੁਰ ਸੱਚੇ ਪਾਤਸ਼ਾਹ ਜੀ ਅਸੀਂ ਕਿਰਪਾ ਕਰੋ ਆਪ ਜੀ ਦੇ ਨਾਲ ਜੁੜ ਸਕੀਏ। ਆਓ ਬੜੇ ਪਿਆਰ ਸਾਹਿਬ ਇਹ ਸ਼ਬਦ ਪੜ੍ਹ ਕੇ ਉਸ ਤੋਂ ਉਪਰੰਤ ਆਪਾਂ ਸਾਰਿਆਂ ਨੇ ਅੰਮ੍ਰਿਤ ਦਾ ਪਾਠ ਕਰਨਾ ਹੈ। ਆਓ ਬੜੇ ਪਿਆਰ ਸਾਹਿਬ ਸਤਿਗੁਰ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਵੀ ਜਿਉਂ ਹੋਵੇ ਸਭ ਬਸਿਓ ਮੇਲ, ਹੋਵੇ ਸਭ ਬਸਿਓ ਮੇਲ, ਜੋ ਹੋਵੇ ਸਭ ਬਸਿਓ ਮੇਲ, ਹੇ ਉਸ ਚੜ੍ਹਨ ਸੀਸ ਢਿਆ, ਹੇ ਉਸ ਚੜ੍ਹਨ ਸੀਸ ਢਿਆ, ਹੇ ਉਸ ਚੜ੍ਹਨ ਸੀਸ ਢਿਆ, ਹੇ ਉਸ ਚੜ੍ਹਨ ਸੀਸ ਢਿਆ।
ਸਾਰੇ ਕ੍ਰਿਸ਼ਨ ਸਾਹਿਬ ਜਿਨ੍ਹਾਂ ਦੇ ਹੁਕਮ ਸਦਕਾ ਪਿਆਰ ਸਦਕਾ ਆਪਸ ਦੀ ਸੰਗਤ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਇਕੱਤਰ ਹੋਏ ਸਭ ਪਰਿਵਾਰਾਂ ਸ਼ਬਦਾਂ ਦੀ ਪ੍ਰਕਿਰਿ ਪਾਠਕ ਸਭਨਾਂ ਦੀ ਹਾਜ਼ਰੀ ਦਿਲ ਫੁੱਲ ਭੇਟਾ ਆਪਣੇ ਦਰ ਉੱਪਰ ਪ੍ਰਵਾਨ ਕਰਨ ਮਾਣ ਗੁਰੂ ਮਾਤਾ ਜੀ ਨੂੰ ਸਦੀ ਦੀ ਕਾਲ ਆਪਣੇ ਚਰਨਾਂ ਦੇ ਵਿੱਚ ਨਿਵਾਸ ਵਿੱਚ ਪਿੱਛੇ ਪਰਿਵਾਰ ਸਿੱਖੀ ਜੀਵਨ ਨਾਮ ਨਾਲ ਨਿਦਾਨ ਬਖਸ਼ਣ ਆਓ ਸਾਰੇ ਸਿੱਧਾ ਪਾਠ ਕਰੀਏ ਸਤਿਗੁਰ ਪ੍ਰਸਾਦ
ਸਦਾ ਸਹਾਇ
ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਚ ਖਾਲਸਾ ਜੀ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਕਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨੇਤਾਣਿਆਂ ਦੇ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾ ਪਿਤਾ ਜੀ, ਆਪ ਜੀ ਦੇ ਦਰੋਂ ਘਰੋਂ ਵਰਸਾਏ, ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਹੋਏ ਸਾਹਿਬ ਲੈ ਕੇ
ਬਾਖੂਬੀ ਆਪਣੀ ਜ਼ਿੰਦਗੀ ਨੂੰ ਨਿਭਾ ਕੇ ਕਹਿੰਦੇ ਅੱਜ ਤੱਕ ਕੋਈ ਦਰਾਨੀ ਜਾਂ ਸਥਾਨੀ ਹੁੰਦੀ ਇਹ ਨਹੀਂ ਕਹਿ ਸਕਦੀ
ਕਿ ਇਹ ਮਨੁਸ਼ਰੀਰ ਤੋਂ ਕਿਸੇ ਦੇ ਨਾਲ ਵੱਧ ਘੱਟ ਬੋਲੀ ਕਰਨੀ ਬੜੀ ਮਿੱਠੀ ਸ਼ਕਤੀ ਸੀ ਔਰ ਉਹਦਾ ਅਸਰ ਹੈ ਬਾਕੀ ਪਰਿਵਾਰ ਦੇ ਉੱਤੇ ਅਗਲੀ ਪੀੜ੍ਹੀ ਦੇ ਉੱਤੇ ਕਿ ਅਗਲੀ ਪੀੜ੍ਹੀ ਵੀ ਉਸੇ ਤਰ੍ਹਾਂ ਸਾਰੇ ਪਰਿਵਾਰਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਆਪਣੇ ਆਪ ਨੂੰ ਲਵਾ ਰਹੇ ਨੇ ਸਾਰੇ ਰਿਸ਼ਤੇ ਥਾਂ ਬਤਾ ਜਦ ਤੱਕ ਤਲਕ ਹੈ ਉਹਨਾਂ ਦੀ ਅਗਲੀ ਪੀੜ੍ਹੀ ਦਾ ਪੋਤਰੇ ਪੋਤਰਿਆਂ ਦਾ ਨੌਵਾਂ ਦੇ ਵਿੱਚੋਂ ਅਜੇ ਰਚਿਤ ਕੌਰ ਸਰਜੀਤ ਕੌਰ ਡਾਕਟਰ ਹਰਮਨ ਸਿੰਘ ਜੋ ਗੁਰਦੇ ਦੇ ਜੀਵਨ ਸਾਥੀ ਨੇ ਬਹੁਤ ਹੀ ਸਿਆਣੀਆਂ ਉਹਨਾਂ ਨੇ ਸਤਿਕਾਰ ਦੇ ਨਾਲ ਆਪਣੀ ਸੱਸ ਨੂੰ ਨਹੀਂ ਬਲਕਿ ਮਾਂ ਸਮਝ ਕੇ ਉਹਨਾਂ ਨੇ ਸੇਵਾ ਕੀਤੀ ਅਤੇ ਤਾੜੇ ਆਦਮੀ ਬਹੁਤ ਤਾੜੇ ਰੁੱਖ ਉਹ ਮੋਤਾਂ ਦੇ ਥੱਲੇ ਆ ਕੇ ਉਹ ਸਦਨਾਂ ਦੇ ਵਿੱਚੋਂ ਗਈ ਮਾਤਾ ਸਾਡੀ ਅੱਗ ਟੁਰੀ ਪ੍ਰਦੇਸ਼ ਇੱਕ ਸ਼ਾਤੀ ਮੇਰੀ ਹਰ ਬੰਦਾ ਦੂਜੀ ਤਪਦਾ ਜੇਠ ਅਜਿਹੀ ਅਵਸਥਾ ਦੇ ਵਿੱਚ ਫਿਰ ਵੀ 85 ਸਾਲ ਦੀ ਉਮਰ ਹੰਢਾ ਕੇ ਜਾਣਾ ਪਰਿਵਾਰ ਨੂੰ ਇੱਕ ਥਾਂ 'ਤੇ ਰੱਖ ਕੇ ਜਾਣਾ ਬਹੁਤ ਵੱਡੀ ਗੱਲ ਹੁੰਦੀ ਕਿਉਂਕਿ ਮਾਵਾਂ ਇੱਕ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਇਸ ਪਰਿਵਾਰ ਨੂੰ ਇਕੱਠਾ ਰੱਖ ਸਕਦੀਆਂ ਨੇ ਅਤੇ ਕੁਝ ਮਾਵਾਂ ਉਹ ਹੁੰਦੀਆਂ ਨੇ ਜਿਹੜੀਆਂ ਆਪਣੇ ਪਰਿਵਾਰ ਨੂੰ ਇਕੱਠਾ ਨਹੀਂ ਰੱਖ ਸਕਦੀਆਂ। ਮੈਂ ਸਮਝਦਾ ਕਿ ਪਾਕਿਸਤਾਨ ਤਾਂ 1947 ਵਿੱਚ ਬਣਿਆ ਸੀ ਔਰ ਮੇਰੇ ਮਾਮੀ ਜੀ ਦੇ ਜ਼ਿੰਦਗੀ ਵਿੱਚ ਬਹੁਤ ਵਾਰੀ ਪਾਕਿਸਤਾਨ ਬਣਿਆ, ਬਹੁਤ ਵਾਰੀ ਉਹਨਾਂ ਨੇ ਸਦਮੇ ਹੰਢਾਏ ਔਰ ਹਰ ਸਦਮੇ ਦੇ ਵਿੱਚੋਂ ਉਹ ਕੁਦਰਤ ਦਾ ਉਹਨਾਂ ਆਸਰਾ ਲੈਂਦੇ ਹੋਏ ਵਿਛੜਦੇ ਰਹੇ ਔਰ ਬਾਖੂਬੀ ਆਪਣੀ ਜ਼ਿੰਦਗੀ ਨੂੰ ਸਿਰੇ ਲਾਇਆ। ਜਿੱਥੋਂ ਤੱਕ ਉਹਨਾਂ ਦੇ ਪੋਤਰਿਆਂ ਦਾ ਤਲਕ ਹੈ, ਜਸਜੀਤ ਮਹਿਕਪਾਲ ਆਸਟ੍ਰੇਲੀਆ, ਜੁਬੇਰਜੀਤ ਸੰਧੂ ਇਹ ਉਹਨਾਂ ਦੇ ਪੋਤਿਆਂ ਦੀ ਸ਼੍ਰੇਣੀ ਵਿੱਚ ਨੇ ਔਰ ਅਵਨੀਤ ਅਤੇ ਕਮਲ ਉਹਨਾਂ ਦਾ ਜੁਆਈ ਨਿਊਜ਼ੀਲੈਂਡ ਨੇ, ਅਵਨੀਤ ਕਮਲ ਦੂਸਰਾ ਆਸਟ੍ਰੇਲੀਆ, ਮਹਿਜਵੀਰ ਸੰਧੂ ਉਹਨਾਂ ਦੇ ਪੋਤਰੀ ਔਰ ਪੋਤਰਿਆਂ ਦੇ ਵਿੱਚ ਵੀ ਜੈਵੀਰ ਸੰਧੂ ਅਤੇ ਪੜਕੋਤੀ ਸਹਿਰਾਜ ਸੰਧੂ ਇਹਨਾਂ ਦਾ ਨਾਂ ਸ਼ਾਮਿਲ ਹੈ। ਜਿੱਥੋਂ ਤੱਕ ਦੋ ਤਿੰਨ ਤਲਕ ਹੈ ਰੀਤ ਪ੍ਰਤਾਪ ਸਿੰਘ ਢਿੱਲੋਂ, ਉਹ ਵੱਡਾ ਇਹ ਸਾਰਾ ਪਰਿਵਾਰ ਹੈ। ਜਿੱਥੋਂ ਤੱਕ ਭਤੀਜਿਆਂ ਦਾ ਤਲਕ ਹੈ ਉਹ ਕਰਨਜੀਤ ਗੋਲੀ, ਸਰਬਜੀਤ, ਸੰਦੀਪ ਸੰਧੂ, ਸੁਰਿੰਦਰ ਸਿੰਘ, ਚਰਨਜੀਤ ਸਿੰਘ ਇਹ ਸਾਰੇ ਉਹਨਾਂ ਦੇ ਭਤੀਜਾ ਸ਼੍ਰੇਣੀ ਚ। ਮੈਂ ਸਮਝਦਾ ਕਿ ਇਹਨਾਂ ਵਿੱਚੋਂ ਕੋਈ ਵੀ ਇੱਕ ਅਜਿਹਾ ਨਹੀਂ ਜਿਹਨਾਂ ਨੇ ਉਹਨਾਂ ਦੀ ਗੋਦ ਦਾ ਲਿੰਗ ਨਾ ਮਾਣਿਆ ਹੋਵੇ, ਪਰ ਉਹਨਾਂ ਦੇ ਜਾਣ ਤੋਂ ਪਿੱਛੋਂ ਸਾਡੇ ਵਿੱਚ ਇੱਕ ਰਿਸ਼ਤਾ ਦਾ ਖਿਲਾਫ ਪੈਦਾ ਹੁੰਦਾ। ਜਿਸ ਤਰ੍ਹਾਂ ਮੈਂ ਕਹਿ ਸਕਦਾ ਕਿ ਰੀਤ ਨੂੰ ਅੱਜ ਤੋਂ ਬਾਅਦ ਨਾਨੀ ਨਹੀਂ ਮਿਲਦੀ, ਇਸੇ ਤਰ੍ਹਾਂ ਜੁਬੇਰ ਨੂੰ ਅੱਜ ਤੋਂ ਬਾਅਦ ਦਾਦੀ ਨਹੀਂ ਮਿਲਦੀ। ਇਹ ਰਿਸ਼ਤਿਆਂ ਦਾ ਗੈਪ ਪੈ ਜਾਂਦਾ ਕਿ ਮਨੁੱਖ ਦੇ ਜਾਣ ਕੇ ਪੁੱਛ। ਪ੍ਰੋਫੈਸਰ ਮੋਹਨ ਸਿੰਘ ਦੀਆਂ ਲਾਈਨਾਂ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ, ਜਿਹਨਾਂ ਨੇ ਕਿਹਾ ਕਿ ਮਾਂ ਜਿਹਾ ਤੁਹਾਨੂੰ ਸ਼ਾਮਾਂ ਬੂਟਾ ਨਜ਼ਰ ਨਾ ਕਿਧਰੇ ਆਏ, ਲੈ ਕੇ ਜਿਸ ਤੋਂ ਸ਼ਾਹਦਾਰੀ ਰੱਬ ਨੇ ਸਵਰਗ ਬਣਾਏ, ਬਾਕੀ ਕੁੱਲ ਕੁੱਲ ਦੁਨੀਆਂ ਦੇ ਬੂਟੇ ਜਲ ਸੁੱਕਿਆ ਸੁੱਕ ਜਾਂਦੇ, ਐਪਰ ਫੁੱਲਾਂ ਦੇ ਕਮਲਾਇਆ ਇਹ ਬੂਟਾ ਸੁੱਕ ਜਾਏ। ਮਾਵਾਂ ਦਾ ਦੇਣ ਅਸੀਂ ਕਦੇ ਵੀ ਮਨੁੱਖ ਜਿਹੜਾ ਨਹੀਂ ਦੇ ਸਕਦਾ। ਔਰ ਇੱਕ ਫਿਲੋਸਫਰ ਨੇ ਤੇਰੇ ਇੱਥੋਂ ਤੱਕ ਲਿਖਿਆ ਹੈ ਕਿ ਜੇ ਇਸ ਸਮਾਜ ਦੇ ਵਿੱਚ ਮਾਵਾਂ ਚੰਗੀਆਂ ਹੋਣਗੀਆਂ ਤਾਂ ਸਮਾਜ ਜਿਹੜਾ ਹੈ ਵਧੀਆ ਬਣ ਸਕਦਾ ਹੈ। ਜੇ ਸਮਾਜ ਜਿਸ ਦੇਸ਼ ਦਾ ਸਮਾਜ ਕਮਜ਼ੋਰ ਹੈ ਉੱਥੇ ਸਮਝੋ ਕਿ ਮਾਵਾਂ ਦੀ ਪ੍ਰਵਿਰਤੀ ਕਮਜ਼ੋਰ ਹੈ। ਮੈਂ ਆਪਣੀ ਗੱਲ ਨੂੰ ਨੇੜੇ ਲਿਆਉਂਦਾ ਹੋਇਆ ਆਪਣੇ ਮਾਮੇ ਜੀ ਦੇ ਚਰਨਾਂ ਵਿੱਚ ਸਿਰ ਝੁਕਾਉਂਦਾ ਸ਼ਰਧਾ ਦੇ ਫੁਲ ਪ੍ਰਗਟ ਕਰਨ ਤੋਂ ਬਾਅਦ ਸਭ ਤੋਂ ਪਹਿਲੇ ਮੈਂ ਮੌਕਾ ਦੇਣਾ ਹੈ ਅਜਿੰਦਰਪਾਲ ਸਿੰਘ ਜੀ ਸੰਧੂ, ਜਿਹੜੇ ਸਾਬਕਾ ਚੇਅਰਮੈਨ ਪੰਜਾਬ ਸਰਵ
ਪਟਿਆਲਾ ਤੋਂ ਨੇ ਔਰ ਇਸ ਪਰਿਵਾਰ ਦੇ ਮੁਖੀ ਨੇ ਅਜਿਹਾ ਸੱਦੇ ਉੱਠੇ ਗਏ ਤੇ ਮਹਾਂਪੁਰ ਗੁਰੂ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਚਾਚੀ ਜੀ ਔਰ ਰਿਸ਼ਤੇ ਸਾਡੇ ਦਾਦੇ ਜੀ ਲੱਗਦੇ ਸੀ ਮਾਤਾ ਸੁਰਜੀਤ ਕੌਰ ਜੀ ਸਾਨੂੰ ਵਿਛੋੜਾ ਦੇ ਕੇ ਚਲੇ ਗਏ ਸਾਰੇ ਪਰਿਵਾਰ ਨੂੰ ਬਹੁਤ ਦੁੱਖ ਹੋਇਆ ਉਹਨਾਂ ਦੇ ਜਾਣ ਦਾ ਕਿਉਂਕਿ ਸੰਧੂ ਪਰਿਵਾਰ ਨੂੰ ਇੱਕ ਸਾਂਭ ਕੇ ਬੈਠੇ ਸੀ ਉਹ ਜਿਵੇਂ ਸਾਡੇ ਵੀਰ ਨੇ ਦੱਸਿਆ ਕਿ ਬਹੁਤ ਸਦਮੇ ਇਹ ਪਰਿਵਾਰ ਨੇ ਵਾਰੀ ਵਾਰੀ ਖੰਡਾਏ ਕਦੇ ਚਾਚਾ ਬੰਦ ਸਿੰਘ ਚਲਾ ਗਿਆ ਚਾਚਾ ਗੁਰਦੀਪ ਸਿੰਘ ਚਲਾ ਗਿਆ ਚਾਚਾ ਕਰਤਾਰ ਸਿੰਘ ਚਲਾ ਗਿਆ ਹੌਲੀ ਹੌਲੀ ਸਾਡੇ ਸਾਰੇ ਚਾਚੇ ਜਾਂਦੇ ਰਹੇ ਅਤੇ ਉਹਨਾਂ ਦਾ ਦੁੱਖ ਚਾਚੀ ਦਾ ਦੁੱਖ ਵੱਧਦਾ ਗਿਆ ਪਾਕਿਸਤਾਨ ਤੋਂ ਇਹ ਪਰਿਵਾਰ ਘੁੰਮਣ ਕੇ ਜ਼ਿਲ੍ਹਾ ਲੰਬੜ ਤੋਂ ਆ ਕੇ ਇੱਥੇ ਮੂਸੇ ਵਾਲੇ ਜ਼ਮੀਨ ਅਲਾਟ ਹੋਈ ਮੇਰੇ ਪਿਤਾ ਜੀ ਸਰਵਾਸੀ ਸਾਹਿਬ ਜਸਦੇਵ ਸਿੰਘ ਸੰਧੂ ਹੋਣਾ ਨੇ ਅਤੇ ਮੇਰੇ ਦਾਦਾ ਜੀ ਸਰਕਾਰ ਤਾਰਾ ਸਿੰਘ ਜੀ ਸੰਧੂ ਹੋਣਾ ਨੇ ਇਹ ਮਹਿਸੂਸ ਕੀਤਾ ਕਿ ਪਰਿਵਾਰ ਬਹੁਤ ਦੂਰ ਦੂਰ ਜਾ ਕੇ ਵੱਸ ਗਏ ਤਾਂ ਉਹਨਾਂ ਨੇ ਚਾਚਾ ਜੀ ਨੂੰ ਚਾਚਾ ਪ੍ਰਕਾਸ਼ ਸਿੰਘ ਹੋਣਾ ਨੂੰ ਪ੍ਰੇਰਿਆ ਕਿ ਤੁਸੀਂ ਜਲ ਨੇੜੇ ਆਓ ਆਪਾਂ ਸਾਰਾ ਪਰਿਵਾਰ ਪਟਿਆਲੇ ਇਕੱਠੇ ਕਰਨਾ ਤਾਂ ਇੱਥੇ ਵੀ ਜ਼ਮੀਨ ਸੀ ਅਤੇ ਇਹਨਾਂ ਦੀ ਅਲਾਟਮੈਂਟ ਆਪਾਂ ਉੱਥੇ ਪਟਿਆਲੇ ਕੋਲੇ ਦੇ ਨਾਲ ਸ਼ੰਕਰਪੁਰ ਹੋਈ ਕੁਛ ਪਰਿਵਾਰ ਸ਼ੰਕਰਪੁਰ ਆ ਗਿਆ ਚਾਚਾ ਬਲਕਾਰ ਸਿੰਘ ਹੋਣੀ ਚਾਚਾ ਕਰਤਾਰ ਸਿੰਘ ਹੋਣੀ ਸ਼ੰਕਰਪੁਰ ਆ ਗਏ ਬਾਕੀ ਸਾਰੇ ਮੂਸੇਵਾਲ ਰਹੇ ਪਰ ਇੱਕ ਬਹੁਤ ਵੱਡੀ ਗੱਲ ਸੀ ਕਿ ਸਾਰਾ ਪਰਿਵਾਰ ਇਕੱਠਾ ਰਿਹਾ ਇੱਕ ਇੰਚ ਬਰਕਤ ਹੈ ਅੱਜ ਪਰਿਵਾਰ ਖੇਡਦੇ ਜਾ ਰਹੇ ਅਤੇ ਸਾਰੇ ਪਰਿਵਾਰ ਚਾਚਾ ਬਲਕਾਰ ਸਿੰਘ ਹੋਣਾ ਦਾ ਚਾਚਾ ਕਰਤਾਰ ਸਿੰਘ ਹੋਣਾ ਦਾ ਸਲਾਹ ਨਾਲ ਚੱਲਦਾ ਸੀ ਚਾਹੇ ਪਰਿਵਾਰ 'ਚ ਕੋਈ ਦੁੱਖ ਹੈ ਚਾਹੇ ਕੋਈ ਸੁੱਖ ਹੈ ਸਾਰਿਆਂ ਨੇ ਸਲਾਹ ਕਰਨੀ ਮੇਰੇ ਪਿਤਾ ਜੀ ਨਾਲ ਮੇਰੇ ਦਾਦਾ ਜੀ ਨਾਲ ਸਲਾਹ ਕਰਨੀ ਕੋਈ ਵੀ ਪਰਿਵਾਰ ਦਾ ਕਾਲਜ ਹੈ ਚਾਹੇ ਕੋਈ ਖੁਸ਼ੀ ਦਾ ਚਾਹੇ ਗਮੀ ਦਾ ਰਲ ਮਿਲ ਕੇ ਕਰਨਾ ਅਤੇ ਅਖੀਰ ਚਾਚੀ ਸੁਰਜੀਤ ਕੌਰ ਉਹਨਾਂ ਨੇ ਸਾਰੇ ਪਰਿਵਾਰ ਦੇ ਦੁੱਖ ਵੀ ਦੇਖੇ ਸੁੱਖ ਵੀ ਦੇਖੇ ਪਿੱਛੇ ਵਿਆਹ ਵੀ ਕੀਤੇ ਅਤੇ ਮੈਨੂੰ ਖੁਸ਼ੀ ਹੈ ਕਿ ਸਾਡੇ ਭਰਾਵਾਂ ਨੂੰ ਸਾਰਿਆਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਸਾਰੇ ਚਾਚੇ ਦੇ ਬੇਟੇ ਬੇਟੀਆਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਅੱਜ ਸਾਨੂੰ ਖੁਸ਼ੀ ਹੈ ਕਿ ਸਾਡਾ ਵੀਰ ਗੁਰਿੰਦਰ ਡਿਪਟੀ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਹੈ ਦੂਜਾ ਬ੍ਰਦਰ ਵੱਡਾ ਖੇਤੀ ਕਰ ਰਿਹਾ ਚਾਚੇ ਗੁਰਦੀਪ ਸਿੰਘ ਹੋਣਾ ਦੇ ਬੇਟੇ ਉਹ ਬਹੁਤ ਵਧੀਆ ਜੋਬ 'ਤੇ ਸਾਡੀ ਭੈਣ ਪੜ੍ਹਾ ਰਹੀ ਹੈ ਅਤੇ ਸਾਰਿਆਂ ਨੇ ਇਹ ਸੋਚਿਆ ਕਿ ਪੜ੍ਹਾਈ ਬਹੁਤ ਕੀਮਤੀ ਹੈ ਅਤੇ ਵਧੀਆ ਪੜ੍ਹਾਈ ਦਾ ਮੌਕਾ ਸਾਰੇ ਪਰਿਵਾਰ ਨੇ ਇਹਨਾਂ ਨੂੰ ਦਿੱਤਾ ਅਤੇ ਨਾਲ ਦਸਾਂ ਮਾਹੌਲ ਦੀ ਕਿਰਤ ਕਮਾਈ ਵੀ ਕੀਤੀ ਅੱਜ ਮੂਸੇਵਾਲ ਦੇ ਵਿੱਚ ਬਹੁਤ ਵਧੀਆ ਢੰਗ ਨਾਲ ਸਾਰਿਆਂ ਨੇ ਖੇਤੀ ਕਰਕੇ ਇੱਕ ਨਾਮ ਬਣਾਇਆ ਸਾਰੇ ਏਰੀਏ 'ਚ ਭਾਈਚਾਰੇ 'ਚ ਨਾਮ ਬਣਾਇਆ ਅਤੇ ਅੱਜ ਜੇ ਅਸੀਂ ਇੱਥੇ ਆਉਂਦੇ ਹਾਂ ਪਟਿਆਲੇ ਤੋਂ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਫਖਰ ਹੁੰਦਾ ਕਿ ਬਹੁਤ ਵਧੀਆ ਇਹਨਾਂ ਨੇ ਇੱਥੇ ਸਾਰਾ ਭਾਈਚਾਰਾ ਬਣਾਇਆ ਹੋਇਆ ਉਸੇ ਤਰ੍ਹਾਂ ਹੀ ਪਟਿਆਲੇ 'ਚ ਸਾਰਾ ਭਾਈਚਾਰਾ ਇਕੱਠਾ ਕੀਤਾ ਹੋਇਆ ਉਹ ਗੱਲ ਕੀ ਹੈ ਕਿ ਮਿਲਣਸਾਰ ਸਾਰਾ ਪਰਿਵਾਰ
ਹਰੇਕ ਦੇ ਦੁੱਖ ਸੁੱਖ ਦੇ ਵਿੱਚ ਆਉਂਦਾ, ਕੰਮ ਕਰਨ ਵਿੱਚ ਕਰਦਾ, ਸਹੀ ਗੱਲ ਕਰਦਾ, ਕਿਸੇ ਨਾਲ ਮਾੜੀ ਸੋਚ ਲੈ ਕੇ ਨਹੀਂ ਚੱਲਦੇ ਅਤੇ ਇਹ ਸੋਚ ਲੈ ਕੇ ਚੱਲਦੇ। ਤਾਂ ਅੱਜ ਇੱਥੇ ਦੇਖੋ ਬਹੁਤ ਸਾਰੇ ਰਿਸ਼ਤੇਦਾਰ, ਭਾਈਚਾਰੇ ਵਾਲੇ ਅਤੇ ਗੁਰਿੰਦਰ ਦੇ ਜਿੰਨੇ ਕਲੀਗਸ ਹੈ ਸਾਰੇ ਇੱਥੇ ਆਏ ਹੈ। ਇੱਕ ਗੱਲ ਦੇਖਣ ਨੂੰ ਮਿਲੀ ਹੈ ਕਿ ਇਹਨਾਂ ਨੇ ਸਾਰਿਆਂ ਪੜ੍ਹਾ ਕੇ ਰੱਖੀ ਹੈ, ਇਹ ਵੀ ਸਾਰੇ ਦੁੱਖ ਸੁੱਖ ਦੇ ਵਿੱਚ ਜਾਂਦੇ ਹਨ। ਅਤੇ ਅੱਜ ਚਾਚੀ ਦੇ ਜਾਣ ਦੇ ਨਾਲ ਇੱਕ ਪੀੜ੍ਹੀ ਚਲੀ ਗਈ ਸਾਡੀ, ਜਿਹੜੀ ਅਸਲ 'ਚ ਜਿਹੜੇ ਪਿਤਾ ਜੀ ਦੇ ਸੰਧੂ ਸਾਹਿਬ ਦੇ ਚਾਚੀ ਜੀ ਸੀ, ਪਰ ਅਸੀਂ ਸਾਰੇ ਜਾਣੇ ਬਹੁਤ ਨੇੜਤਾ ਸੀ ਇਕੱਠੇ ਰਹਿੰਦੇ ਅਤੇ ਅਸੀਂ ਉਹ ਚਾਚੀ ਜੀ ਕਹਿੰਦੇ ਸੀ, ਚਾਚਾ ਜੀ ਕਹਿੰਦੇ ਸੀ, ਅਤੇ ਉਹਨਾਂ ਦੇ ਜਾਣ ਦੇ ਨਾਲ ਇੱਕ ਪੀੜ੍ਹੀ ਖਤਮ ਹੋ ਗਈ। ਅਤੇ ਹੁਣ ਇਹ ਸਾਰਾ ਬੋਝ ਜਿੰਨੇ ਸਾਡੇ ਭਰਾ ਗੁਰਿੰਦਰ ਹੋਣੀ ਹੈ ਜਾਂ ਦੂਸਰੇ ਹੈਗੇ ਉਹਨਾਂ ਦੇ ਉੱਤੇ ਆ ਗਿਆ, ਪਰ ਮੈਨੂੰ ਇੱਕ ਖੁਸ਼ੀ ਹੈ ਕਿ ਇਹ ਸਾਰੇ ਕਾਬਲ ਹੈ ਉਸੇ ਤਰ੍ਹਾਂ ਹੀ ਜਿਵੇਂ ਸਾਡੇ ਚਾਚਾ ਜੀ ਨੇ, ਚਾਚੀ ਜੀ ਨੇ ਅਤੇ ਦੂਜੇ ਸਾਡੇ ਜਿੰਨੇ ਚਾਚੇ ਆ ਉਹਨਾਂ ਨੇ ਇੱਕ ਪਰਿਵਾਰ ਦਾ ਨਾਮ ਬਣਾਇਆ, ਉਹੀ ਚੀਜ਼ ਨੂੰ ਲੈ ਕੇ ਤੁਰ ਰਹੇ ਹੈ, ਉਸੇ ਤਰ੍ਹਾਂ ਹੀ ਸਾਡੇ ਰਿਸ਼ਤੇਦਾਰਾਂ ਨੂੰ ਭਾਈਚਾਰੇ ਨੂੰ ਲੈ ਕੇ ਤੁਰ ਰਹੇ ਹੈ। ਅਤੇ ਦੂਸਰੇ ਪਾਸੇ ਆਪਣੇ ਜੌਬ ਦੇ ਵਿੱਚ ਵੀ ਬਹੁਤ ਵਧੀਆ ਢੰਗ ਨਾਲ ਵਿੱਚ ਅਤੇ ਮਹਿਕਮੇ 'ਚ ਵੀ ਆਪਣਾ ਅਲੱਗ ਅਲੱਗ ਜਗ੍ਹਾ 'ਤੇ ਨਾਮ ਬਣਾ ਰਹੇ ਹੈ। ਅਤੇ ਅੱਜ ਮੈਂ ਸਾਰੇ ਭਾਈਚਾਰੇ ਵੱਲੋਂ ਚਾਚੀ ਜੀ ਦੇ ਵਿਛੜ ਜਾਣ ਦੇ ਉੱਤੇ ਫਿਰ ਦੁਬਾਰਾ ਸਾਰੇ ਸੰਗਤ ਦੇ ਨਾਲ ਅਰਦਾਸ ਸ਼ਾਮਲ ਬਾਬਾ ਗੁਰੂ ਮਹਾਰਾਜ ਚਰਨਾਂ 'ਚ ਇਹ ਅਰਦਾਸ ਪੇਸ਼ ਕਰਦਾ ਕਿ ਚਾਚੀ ਜੀ ਗੁਰੂ ਮਹਾਰਾਜ ਦੇ ਚਰਨਾਂ 'ਚ ਨਿਵਾਸ ਬਖਸ਼ੋ, ਸਾਰੇ ਪਰਿਵਾਰ ਨੂੰ ਕਿ ਭਾਣਾ ਮੰਨਣ ਦਾ ਤਨ ਬਖਸ਼ੋ, ਅਤੇ ਜਿੰਨੇ ਸਾਡੇ ਵੀਰ ਹੈ ਭੈਣਾਂ ਉਹਨਾਂ ਨੂੰ ਬਲ ਬਖਸ਼ੋ ਕਿ ਜੋ ਇੱਕ ਰੀਤ ਪਰਿਵਾਰ ਚੱਲੀ ਉਸੇ ਤਰ੍ਹਾਂ ਹੀ ਸਾਰਿਆਂ ਨਾਲ ਮਿਲਵਟ ਨੂੰ ਕਰਕੇ ਰੱਖਣ, ਉਸੇ ਤਰ੍ਹਾਂ ਹੀ ਨਾਲ ਚੱਲ ਕੇ ਆਪਣੇ ਭਾਈਚਾਰੇ ਉਸੇ ਤਰ੍ਹਾਂ ਹੀ ਨਾਮ ਕਾਇਮ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਹੀ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ ਅਰਦਾਸ ਦੇ ਸ਼ਾਮਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਤੇ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਾਹਿਬ ਰਾਵ ਦੇ ਬਜ਼ੁਰਗੋ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਂ ਦਾ ਦਰਜਾ ਸੰਸਾਰ ਦੇ ਵਿੱਚ ਬਹੁਤ ਉੱਚਾ ਤੇ ਸੁੱਚਾ ਹੈ, ਮਾਂ ਦਾ ਦਿਲ ਨਾ ਕਿਸੇ ਨੂੰ ਦਿੱਤਾ ਹੈ ਨਾ ਕੋਈ ਦੇ ਸਕਦਾ ਹੈ। ਮਾਂ ਦੀ ਸ਼ਾਨ ਜਿਹੜੀ ਹੈਗੀ ਹੈ ਇੱਕ ਬਹੁਤ ਹੀ ਸ਼ਾਨ ਹੁੰਦੀ ਹੈ, ਜੇ ਕਿਸੇ ਕੰਮ ਨੂੰ ਮਾਂ ਨਾ ਕਰ ਦੇਵੇ ਤਾਂ ਰੱਬ ਤੋਂ ਵੀ ਹਾਂ ਨਹੀਂ ਹੁੰਦੀ, ਜੇ ਮਾਂ ਹਾਂ ਕਰ ਦੇਵੇ ਤਾਂ ਰੱਬ ਤੋਂ ਵੀ ਨਾ ਨਹੀਂ ਹੋ ਸਕਦੀ। ਮਾਂ ਦਾ ਰੁਤਬਾ ਇੰਨਾ ਵੱਡਾ ਉੱਚਾ ਤੇ ਸੁੱਚਾ ਹੈ। ਮੇਰਾ ਇਸ ਪਰਿਵਾਰ ਦਾ ਬਹੁਤ ਲੰਬੇ ਸਮੇਂ ਤੋਂ ਵਾਸਤਾ ਹੈ, ਇਸ ਪਰਿਵਾਰ ਨੇ ਹਰ ਖੇਤਰ ਦੇ ਵਿੱਚ ਬਹੁਤ ਮੱਲਾਂ ਮਾਰੀਆਂ। ਪਹਿਲਾਂ ਐਗਰੀਕਲਚਰ ਦੇ ਵਿੱਚ ਇਹਨਾਂ ਨੇ ਬਹੁਤ ਚੰਗੀ ਖੇਤੀ ਕਰਕੇ ਮਿਸਾਲ ਪੈਦਾ ਕੀਤੀ ਮੂਸੇ ਵਾਲੇ ਦੇ ਵਿੱਚ ਵੀ ਔਰ ਪਟਿਆਲੇ ਦੇ ਵਿੱਚ ਵੀ। ਫਿਰ ਮੇਰੇ ਵੱਡੇ ਵੀਰ ਜਿਹੜੇ ਸੀ ਸਰਦਾਰ ਮਲਤਾ ਸਿੰਘ ਔਰ ਸਰਦਾਰ ਕਰਤਾਰ ਸਿੰਘ, ਇਹਨਾਂ ਨੇ ਆਪਣਾ ਰਾਜਨੀਤੀ ਦੇ ਵਿੱਚ ਵੀ ਬਹੁਤ ਯੋਗਦਾਨ ਪਾਇਆ। ਇਹਨਾਂ ਦੇ ਬੱਚੇ ਅੱਜ ਚੰਗੀਆਂ ਪੋਸਟਾਂ 'ਤੇ ਹਨ। ਮੇਰਾ ਛੋਟਾ ਸੁਖਰਿੰਦਰ ਸਿੰਘ ਜਿਹੜਾ ਹੈ ਉਹ DDC ਦੇ ਅਹੁਦੇ 'ਤੇ ਹੈ ਔਰ ਬਹੁਤ ਮਿਲਸਾਰ ਹੈ, ਜਦੋਂ ਵੀ ਉਸਨੂੰ ਮਿਲਦੇ ਹਾਂ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਆਪਦੇ ਪਰਿਵਾਰ 'ਚੋਂ ਆ ਜਾਂ ਸੰਧੂ ਪਰਿਵਾਰ 'ਚੋਂ, ਸੰਧੂ ਪਰਿਵਾਰਿਕ ਨਾਮ ਵੀ ਨਾਂ ਹੈ। ਮੇਰਾ ਵੀ ਤੁਹਾਡਾ ਵੀ ਅਸ਼ੋਕ ਕਪੂਰ ਅਤੇ ਸੰਧੂ ਦੋਨੋਂ ਰਿੰਦਰ ਦੋਸਤ ਹਨ ਔਰ ਇਹਨਾਂ ਦੋਨਾਂ ਦੀ ਨੇਚਰ ਵੀ ਐਸੀ ਹੈ, ਜਦੋਂ ਵੀ ਕੋਈ ਪਿੰਡ ਦਾ ਇਲਾਕੇ ਦਾ ਬੰਦਾ ਮਿਲਦਾ ਔਰ ਉਹਨਾਂ ਦੇ ਇਹਨਾਂ ਦੇ ਚਿਹਰਿਆਂ 'ਤੇ ਮੁਸਕਾਨ ਹੁੰਦੀ ਆ ਔਰ ਹੱਸ ਕੇ ਮਿਲਦੇ ਆ, ਇਹੋ ਜਿਹੇ ਬੱਚੇ ਹੀ ਆਪਣੇ ਜਿਹੜਾ ਇਲਾਕੇ ਦਾ ਨਾਮ ਰੋਸ਼ਨ ਕਰਦੇ ਹੈ। ਮਾਤਾ ਸੁਰਜੀਤ ਕੌਰ ਬੇਸ਼ੱਕ 85 ਸਾਲ ਦੀ ਉਮਰ ਪੂਰੀ ਕਰਕੇ ਗਏ ਹਨ, ਲੇਕਿਨ ਇਹਨਾਂ ਦੇ ਜਿਹੜੇ ਕੌਣ ਸੀ ਇਹਨਾਂ ਦੇ ਵਿੱਚ ਉਹਨਾਂ ਨੂੰ ਬੁਲਾਇਆ ਨਹੀਂ ਜਾ ਸਕਦਾ। ਜਿਹੜੀ ਮਾਤਾ ਹੈਗੀ ਆ ਚਾਹੇ ਕਿੰਨੀ ਉਮਰ ਦੀ ਹੋਵੇ, ਸਾਨੂੰ ਬਜ਼ੁਰਗਾਂ ਦੀ ਹਮੇਸ਼ਾ ਨੂੰ ਲੋੜ ਰਹਿੰਦੀ ਹੈ, ਇਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਸਾਰੇ ਘਰ ਚੱਲਦੇ ਹਨ। ਇਹਨਾਂ ਦੇ ਜਾਣ ਨਾਲ
ਜਿੱਥੇ ਪਰਿਵਾਰ ਨੂੰ ਦੁੱਖ ਹੋਇਆ ਹੈ ਉੱਥੇ ਸਾਡੇ ਇਲਾਕੇ ਨੂੰ ਵੀ ਬਹੁਤ ਘਾਟਾ ਪਿਆ, ਜਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਰਿਸ਼ੀ ਗੁਰੂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਔਰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਸਾਹਿਬ। ਬਲਦੇਵ ਸਿੰਘ ਜੀ ਸਾਹਿਬ ਕੱਚੇ ਦਿਨ ਮਾਰਕੀਟ ਕਮੇਟੀ ਮੋਗਾ, ਸਾਹ ਲਾਲ ਸਿੰਘ ਸਾਹਿਬ ਦਾ ਸਰਪੰਚ ਢਲਕਲਾਂ, ਸਾਹਿਬ ਮੁਖਤਿਆਰ ਸਿੰਘ ਹਰਨਾਮ ਮੈਮੋਰੀਅਲ ਦੋਨੇ ਕੇ, ਚਰਨਜੀਤ ਸਿੰਘ ਸਰਪੰਚ ਮੂਸੇਵਾਲਾ, ਕਰਨਜੀਤ ਸਿੰਘ ਸੰਧੂ, ਚਰਨਜੀਤ ਸਿੰਘ ਐਸਨ, ਕੁਲਦੀਪ ਸਿੰਘ ਸੰਧੂ ਸੰਧੂ ਭੂਸ਼ਣ ਏਜੰਟ, ਤਰਿੰਦਰਜੀਤ ਸਿੰਘ ਸਰਪੰਚ, ਜਸਵੰਤ ਸਿੰਘ ਰਾਜਾ ਕਾਲਕਲਾਂ, ਸੰਦੀਪ ਸਿੰਘ ਸੰਧੂ, ਜੈ ਸਾਹਿਬ ਕੁਲਵੰਤ ਸਿੰਘ ਹੇਮਕੁੰਡ, ਸੰਸਥਾਵਾਂ ਦੇ ਚੇਅਰਮੈਨ ਸਰ ਸੁਰਜੀਤ ਸਿੰਘ ਜੀ, ਸਾਬਕਾ ਸਰਪੰਚ ਰਾਮਗੜ੍ਹ, ਬਲਵਿੰਦਰ ਸਿੰਘ ਜੀ ਮਸੀਤਾਂ, ਪਿੱਪਲ ਸਿੰਘ ਜੀ ਉਬਰੀਆਨਾ, ਪਦਜੀਤ ਸਿੰਘ ਜੀ ਕੈਨੇਡਾ, ਬਾਬਾ ਲੱਖਾ ਸਿੰਘ ਨਾਨਕਸਰ ਪਲੇਰਾ, ਸਾਹ ਜਾਗਰ ਸਿੰਘ ਨਾਨਕਸਰ ਪਲੇਰਾ, ਗੁਰਚਰਨ ਸਿੰਘ ਜੀ ਸਾਬਕਾ ਸਰਪੰਚ ਕਪੂਰੇ, ਸਾਹ ਦਲੀਪ ਸਿੰਘ ਜੀ ਕਪੂਰੇ, ਪ੍ਰੇਮ ਤਨੇਜਾ ਕੋਟੀ ਸਿੰਘਾਂ ਜੀ, ਰੋਸ਼ਨ ਅਰੋੜਾ ਕੋਟੀ ਸਿੰਘਾਂ ਜੀ, ਬਿੱਟੂ ਮਲਹੋਤਰਾ ਜੀ ਏ ਪੈਲਸ ਵਾਲੇ, ਕੁਲਵੰਤ ਸਿੰਘ ਜੀ ਕੋਟੀ ਸਿੰਘਾਂ ਜੀ, ਹਰਿੰਦਰਪਾਲ ਸਿੰਘ ਰੋਤਰਾ ਡਿਪਟੀ ਕਮਿਸ਼ਨਰ ਸਟੇਟ, ਡਾਇਰੈਕਟਰ ਗੁਰਮੇਰ ਸਿੰਘ ਜੀ ਬੰਬੀ ਰਿਟਾਇਰਡ ਪੀ ਪੀ ਐਸ ਜੋ ਸਾਡੇ ਰਿਸ਼ਤੇਦਾਰ ਨਜ਼ਦੀਕੀ, ਗੁਰਫਤਿਹ ਸਿੰਘ ਜੀ ਮਾਨ, ਸਰਗਿਆ ਸੁਖਿੰਦਰਪਾਲ ਸਿੰਘ ਜੀ ਮਾਨ, ਸਾਹ ਜਗਦੇਵ ਸਿੰਘ ਜੀ ਇੰਸਪੈਕਟਰ ਫਾਜ਼ਿਲਕਾ, ਇੰਦਰਜੀਤ ਕੌਰ ਜੀ ਇੰਸਪੈਕਟਰ ਬਠਿੰਡਾ, ਤਪਿੰਦਰਜੀਤ ਕੌਰ ਇੰਸਪੈਕਟਰ ਬਠਿੰਡਾ, ਦੁਰੀ ਚੰਦ ਬਠਿੰਡਾ, ਮਾਲਵਿੰਦਰ ਸਿੰਘ ਜੀ ਢਿੱਲੋਂ ਡੀ ਟੀ ਓ ਬਠਿੰਡਾ, ਜਸਪ੍ਰੀਤ ਸਿੰਘ ਜੀ ਮਾਨ ਇੰਸਪੈਕਟਰ ਕਰਨਲ, ਇੰਦਰਪਾਲ ਸਿੰਘ ਜੀ ਧਾਲੀਵਾਲ, ਜਗਵੰਤ ਸਿੰਘ ਜੀ ਸੇਵਾਦਾਰ ਬਠਿੰਡਾ, ਸੋਹਨ ਲਾਲ ਜੀ ਦੈਵ ਬਠਿੰਡਾ, ਬਲਵੰਤ ਸਿੰਘ ਜੀ ਗਿੱਲ ਡੀ ਟੀ ਓ ਬਠਿੰਡਾ, ਕੁਲਵਿੰਦਰ ਸਿੰਘ ਜੀ ਇੰਸਪੈਕਟਰ, ਭੁਪਿੰਦਰ ਸਿੰਘ ਜੀ ਇੰਸਪੈਕਟਰ, ਗੁਰਪ੍ਰੀਤ ਸਿੰਘ ਜੀ ਇੰਸਪੈਕਟਰ, ਲਲਿਤ ਕੁਮਾਰ ਜੀ ਇੰਸਪੈਕਟਰ, ਰਜੀਤ ਸਿੰਘ ਇੰਸਪੈਕਟਰ, ਵਿਕਰਮ ਸਿੰਘ ਜੀ ਠਾਕਰ ਡੀ ਟੀ ਓ ਫਰੀਦਕੋਟ, ਬਲਵਿੰਦਰ ਸਿੰਘ ਜੀ ਇੰਸਪੈਕਟਰ ਫਰੀਦਕੋਟ, ਮਹਿੰਦਰਪਾਲ ਸਿੰਘ ਜੀ ਇੰਸਪੈਕਟਰ ਬਠਿੰਡਾ, ਕ੍ਰਿਸ਼ਨ ਸਿੰਘ ਜੀ ਇੰਸਪੈਕਟਰ ਬਠਿੰਡਾ, ਗੁਰਵਿੰਦਰ ਸਿੰਘ ਇੰਸਪੈਕਟਰ, ਨਛੱਤਰ ਸਿੰਘ ਇੰਸਪੈਕਟਰ ਬਠਿੰਡਾ, ਕਿਉਂਕਿ ਇਹਨਾਂ ਦੇ ਸਾਰੇ ਡਿਪਾਰਟਮੈਂਟ ਦੀ ਬੜੀ ਲੰਬੀ ਲਿਸਟ ਹੈ। ਅਜੇ ਕੁਮਾਰ ਅਸਿਸਟੈਂਟ ਕਮਿਸ਼ਨਰ, ਨਿਰਮਲ ਸਿੰਘ ਜੀ ਈ ਟੀ ਓ, ਗੁਰਵਿੰਦਰ ਸਿੰਘ ਜੀ ਈ ਟੀ ਓ, ਬਲਜੀਤ ਸਿੰਘ ਜੀ ਸੰਧੂ ਐਸ ਐਚ ਓ ਫਰੀਦਕੋਟ, ਇੰਦਰ ਸਿੰਘ ਜੀ ਈ ਟੀ ਓ ਬਠਿੰਡਾ, ਆਰ ਐਸ ਚੌਹਾਨ ਈ ਟੀ ਓ ਬਠਿੰਡਾ, ਹੈਪੀ ਤਕਿਸ਼ ਵਕੀਲ ਬਠਿੰਡਾ, ਨਿਸ਼ ਕੁਮਾਰ ਜੀ ਜਿੰਦਲ ਵਕੀਲ ਸਾਹਿਬ ਬਠਿੰਡਾ, ਨਰੇਸ਼ ਪੱਤਰਕਾਰ ਜੀ ਕਾਲਿਆਵਾਲ ਜੀ, ਸੁਖਜੀਤ ਸਿੰਘ ਜੀ ਇੰਸਪੈਕਟਰ ਬਠਿੰਡਾ, ਰਿਸ਼ੀ ਕੁਮਾਰ ਜੀ ਈ ਟੀ ਓ ਬਠਿੰਡਾ, ਭੁਪਿੰਦਰਪਾਲ ਸਿੰਘ ਜੀ ਭਾਟੀਆ ਈ ਟੀ ਓ ਮੋਹਾਲੀ, ਰਣਧੀਰ ਸਿੰਘ ਜੀ ਕਲਰ, ਗੁਰਤੇਜ ਸਿੰਘ ਜੀ, ਜਗਤਾਰ ਸਿੰਘ ਜੀ ਅਸਿਸਟੈਂਟ ਕਮਿਸ਼ਨਰ ਮੋਗਾ, ਬਲਵਿੰਦਰ ਸਿੰਘ ਜੀ ਇੰਸਪੈਕਟਰ ਬਠਿੰਡਾ, ਰਜੀਵਨ ਸਿੰਘ ਜੀ ਸਿੰਗਲਾ ਇੰਸਪੈਕਟਰ ਬਠਿੰਡਾ, ਦਵਿੰਦਰਜੀਤ ਸਿੰਘ ਜੀ ਗਿੱਲ ਇੰਸਪੈਕਟਰ, ਮੱਖਣ ਸਿੰਘ ਜੀ ਨਗਰ, ਦਰਸ਼ਕ ਸਿੰਘ ਜੀ ਸਮਾਧ ਭਾਈ ਕਰਨਲ ਸਾਹਿਬ ਹੰਸਾਰੀ ਵਾਲੇ ਡੇਰੇ ਤੋਂ, ਸੰਤ ਪਿਆਰਾ ਸਿੰਘ ਜੀ ਜੋ ਸੰਤ ਅਜੀਤ ਸਿੰਘ ਹੰਸਾਰੀ ਵਾਲੇ ਬਾਬਾ ਜੀ, ਉਹਨਾਂ ਦੇ ਡੇਰੇ ਵੱਲੋਂ ਆ ਪਹੁੰਚੇ ਨੇ, ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਪਰਿਵਾਰ ਵੱਲੋਂ ਧੰਨਵਾਦ ਕੀਤਾ ਜਾਂਦਾ। ਇੰਦਰਜੀਤ ਸਿੰਘ ਜੀ ਜੋ ਫਰੀਦਕੋਟ, ਮਨਿੰਦਰਜੀਤ ਸਿੰਘ ਜੀ ਇੰਸਪੈਕਟਰ ਬਠਿੰਡਾ, ਸੁਖਵੰਤ ਸਿੰਘ ਜੀ ਇੰਸਪੈਕਟਰ ਬਠਿੰਡਾ, ਬਲਜੀਤ ਸਿੰਘ ਜੀ ਇੰਸਪੈਕਟਰ, ਅਮਨਦੀਪ ਸਿੰਘ ਗਾਂਧੀ ਇੰਸਪੈਕਟਰ ਬਠਿੰਡਾ, ਗੁਰਪ੍ਰੀਤ ਸਿੰਘ ਇੰਸਪੈਕਟਰ ਬਠਿੰਡਾ, ਨਿਰਪ੍ਰੀਤ ਕੌਰ ਪੀ ਟੀ ਓ ਬਠਿੰਡਾ, ਆਰ ਐਸ ਸੁਰਮਾਣਾ ਜੀ ਐਫ ਟੀ ਓ ਬਠਿੰਡਾ, ਭੁਪਿੰਦਰ ਸਿੰਘ ਇੰਸਪੈਕਟਰ ਮਾਨਸਾ, ਹਰਪਾਲ ਸਿੰਘ ਜੀ ਇੰਸਪੈਕਟਰ ਬਠਿੰਡਾ, ਵਰਿੰਦਰਪਾਲ ਸਿੰਘ ਜੀ ਮੌੜ ਇੰਸਪੈਕਟਰ ਮਾਨਸਾ, ਸੁਰਿੰਦਰਪਾਲ ਸਿੰਘ ਜੀ ਸਿੰਧੂ ਇੰਸਪੈਕਟਰ, ਪਵਨ ਗਰਗ ਡਿਪਟੀ ਕਮਿਸ਼ਨਰ ਸਾਹਿਬ, ਸ਼੍ਰੀ ਅਸ਼ੋਕ ਕੁਮਾਰ ਜੀ ਸੈਸ਼ਨ ਜੱਜ, ਜਿਹੜੇ ਸਾਡੇ ਗੁਰਿੰਦਰ ਦੇ, ਮੈਂ ਇਹ ਸਮਝਾਂ ਕਿ ਦੋਨੇ
ਰਾਮ ਲਕਸ਼ਮਣ ਦੀ ਜੋੜੀ ਹੈ ਸਾਡੇ ਪਰਿਵਾਰਾਂ ਦੇ ਵਿੱਚ, ਕਪੂਰ ਖਾਨ ਦਾ ਇਹ ਬੇਟਾ ਤੇ ਸੰਧੂ ਫੈਮਲੀ ਦਾ ਗੁਰਿੰਦਰ, ਇਹ ਦੋਵੇਂ ਆਪਸ ਵਿੱਚ ਸ਼ਾਇਦ ਪਿਛਲੇ ਜਨਮ ਤੇ ਮੈਂ ਵਿਸ਼ਵਾਸ ਤਾਂ ਕਰਦਾ, ਪਰ ਇਸ ਵਕਤ ਮੈਂ ਕਹਿ ਸਕਦਾ ਦੋਵੇਂ ਭਾਈ ਇਹ ਹਰ ਕੁਛ ਉਸਦੇ ਵਿੱਚ ਸ਼ਰੀਕ ਹੁੰਦੇ ਨੇ। ਸਾਹ ਲਖਵੀਰ ਸਿੰਘ ਜੀ ਜੱਜ ਸਾਹਿਬ, ਸਾਹ ਹਰਪ੍ਰੀਤ ਸਿੰਘ ਜੀ ਹੀਰੋ ਸਾਹਿਬ ਪਹੁੰਚੇ ਨੇ, ਸਾਰਿਆਂ ਦਾ ਵਿਸ਼ੇਸ਼ ਤੌਰ 'ਤੇ ਇਸ ਸੰਸਥਾ ਨੂੰ ਚਲਾ ਰਹੇ ਸਰਪਾਲ ਸਿੰਘ ਜੀ, ਫੌਜੀ ਸਾਹਿਬ, ਬਿਰਖ ਸਾਹਿਬ, ਬਿਟਰ ਚੇਅਰਮੈਨ ਸਾਹਿਬ, ਸਭਨਾਂ ਦਾ ਪਰਿਵਾਰ ਵੱਲੋਂ ਵੀ ਧੁਰਾਲੀਆਂ ਅਤੇ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਦਾ ਤਹਿ ਦਿਲ ਸ਼ੁਕਰਗੁਜ਼ਾਰ ਕਰਾਂ। ਹੁਣ ਮੈਂ ਬੇਨਤੀ ਕਰਾਂਗਾ ਸਰ ਕੁਲਦੀਪ ਸਿੰਘ ਜੀ ਉਸ ਨੂੰ ਕਿ ਉਹ ਜਿੱਥੇ ਸ਼ਰਧਾ ਦੇ ਫੁੱਲ ਭੇਟ ਕਰਨ ਉੱਥੇ ਆਈ ਹੋਈ ਸੰਗਤ ਦਾ ਧੰਨਵਾਦ ਕਰਨ ਜੀ। ਸਰ ਕੁਲਦੀਪ ਸਿੰਘ ਤੋਂ ਸੰਤਨ ਬਾਬਾ ਤੁਲਸੀ ਦਾਸ ਜੀ ਦੇ ਪਰਸੋਏ ਇਸ ਅਸਥਾਨ 'ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਮੀ ਜੀ ਸੁਰਜੀਤ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਜੁੜ ਬੈਠੇ ਸਾਹ ਸੰਬੰਧੀ ਰਿਸ਼ਤੇਦਾਰ, ਭੈਣ ਭਾਈ, ਅਫਸਰ ਸਾਹਿਬਾਨ, ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰ ਸਾਹਿਬਾਨ, ਪਦੇ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੁਨੀਆਂ ਦੇ ਜੀ ਪਰਮਾਤਮਾ ਦੇ ਹੁਕਮ ਨਾਲ ਆਉਂਦਾ, ਉਹਦੇ ਹੁਕਮ ਨਾਲ ਜਾਂਦਾ, ਜੋ ਜੋ ਕਾਲ ਜੋ ਜੋ ਸਮਾਂ ਉਹ ਲਿਖਦਾ ਉਸੇ ਦੇ ਮੁਤਾਬਕ ਉਹ ਭੋਗ ਕੇ ਜਾਂਦਾ, ਇਸੇ ਦੇ ਮੁਤਾਬਕ ਸਾਡੇ ਸਤਿਕਾਰਯੋਗ ਮਾਮੀ ਜੀ ਪਾਕਿਸਤਾਨ ਵਿੱਚ ਇਹਦਾ ਜਨਮ ਹੋਇਆ ਔਰ ਪਰਿਵਾਰ ਖਾਲੀ ਹੱਥ ਆ ਕੇ ਹਿੰਦੁਸਤਾਨ ਵਿੱਚ ਵਸੇ। ਉਹ ਜਿਹੜਾ ਭਿਆਨਕ ਸਮਾਂ ਸੀ, ਉਹ ਸਾਰਿਆਂ ਨੇ ਜਿਹੜੇ ਪਾਕਿਸਤਾਨ ਤੋਂ ਆਏ ਨੇ ਆਪਣੇ ਤਨ ਦੇ ਹਟਾਇਆ, ਖਾਲੀ ਘਰ ਆ ਕੇ ਘਰ ਵਸਾਉਣਾ, ਪਰਿਵਾਰਾਂ ਨੂੰ ਉਹਨਾਂ ਪੈਰਾਂ 'ਤੇ ਖੜਾ ਕਰਨਾ ਇੱਕ ਬਹੁਤ ਵੱਡੀ ਗੱਲ ਹੈ। ਅੱਜ ਇੱਕ ਮਕਾਨ ਲੈ ਕੇ ਜੇ ਆਪਾਂ ਬਣਾਉਣਾ ਹੋਵੇ ਤਾਂ ਬਹੁਤ ਚਿਰ ਆਪਾਂ ਸਕੀਮਾਂ ਬਣਾਉਂਦੇ ਰਹਿ ਜਾਂਦੇ ਹਾਂ ਕਿ ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਕਿੱਥੇ ਜਾਣਾ, ਕਿੱਥੇ ਰਹਿਣਾ, ਕਿੰਨੇ ਬਚਣਾ, ਕਿੰਨੇ ਮਰਨਾ, ਇਹ ਸਭ ਕੁਛ ਇਹਨਾਂ ਪਰਿਵਾਰਾਂ ਨਾਲ ਵਾਪਰਿਆ। ਘੁੰਮਣ ਕੇ ਪਰਿਵਾਰ ਵਿੱਚ ਇਹਨਾਂ ਦੀ ਸ਼ਾਦੀ ਹੋਈ ਔਰ ਉਸ ਵੇਲੇ ਵੀ ਇਹ ਪਰਿਵਾਰ ਪਾਕਿਸਤਾਨ ਤੋਂ ਆਇਆ ਸੀ, ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਸੀ, ਪਰ ਫਿਰ ਵੀ ਇਹਨਾਂ ਨੇ ਆਪਣੇ ਢੰਗ ਨਾਲ ਪਰਿਵਾਰ ਨੂੰ ਅੱਗੇ ਤੋਰਿਆ। ਇੱਕ ਬਹੁਤ ਵੱਡਾ ਪਰਿਵਾਰ ਸੀ ਜਿਸ ਵਿੱਚ ਮੈਂ ਕਹਾਂਗਾ ਕਿ ਸਰਦਾਰ ਤਾਰਾ ਸਿੰਘ ਦਾ ਪਰਿਵਾਰ ਹੈ, ਜਿਸ ਵਿੱਚ ਸਾਹਿਬ ਪ੍ਰਤਾਪ ਸਿੰਘ ਸਭ ਤੋਂ ਵੱਡੇ ਸਨ, ਉਸ ਤੋਂ ਛੋਟੇ ਬੰਤ ਸਿੰਘ, ਕਰਤਾਰ ਸਿੰਘ, ਗੁਰਦੀਪ ਸਿੰਘ, ਚਰਨ ਸਿੰਘ, ਇਹ ਸਾਰੇ ਭਰਾਵਾਂ ਨੇ ਬਹੁਤ ਵੱਡੇ ਪਿਆਰ ਦਾ ਅਤੇ ਇਕੱਠ ਦਾ ਸਬੂਤ ਦਿੱਤਾ। ਉਸ ਵੇਲੇ ਵੀ ਉਸ ਗੱਲ ਵਿੱਚ ਸਭ ਤੋਂ ਵੱਧ ਜਿਹੜਾ ਰੋਲ ਹੈ ਸਾਡੇ ਸਰਕਾਰ ਜੋ ਮਾਮੀ ਜੀ ਦਾ, ਕਿਉਂਕਿ ਵੱਡੇ ਸਨ, ਇਹਨਾਂ ਸਾਰਿਆਂ ਨੂੰ ਹੁਕਮ ਵਿੱਚ ਲੈ ਕੇ ਇਸ ਪਰਿਵਾਰ ਵਿੱਚ ਪੜ੍ਹੇ ਤਾਂ ਸਾਰੇ ਸੀਗੇ ਪਰ ਕਰਤਾਰ ਸਿੰਘ ਜ਼ਿਆਦਾ ਪੜ੍ਹਿਆ ਸੀ ਔਰ ਉਸ ਦੀ ਸਿੱਖਿਆ ਦੇ ਮੁਤਾਬਕ ਪਰਿਵਾਰ ਚੱਲਦਾ ਸੀ ਔਰ ਪਰਿਵਾਰ ਨੇ ਜਿਸ ਤਰ੍ਹਾਂ ਤਰੱਕੀਆਂ ਕੀਤੀਆਂ ਨੇ, ਜਿਸ ਤਰ੍ਹਾਂ ਪੜ੍ਹਾਈ ਕੀਤੀ ਹੈ, ਇਹ ਸਾਰਾ ਕੁਛ ਇਹਨਾਂ ਦੀ ਦੇਣ ਹੈ। ਪਟਿਆਲੇ ਵਿੱਚ ਵੀ ਪਰਿਵਾਰ ਨੇ ਰਾਜਪੁਰੇ ਰਹਿਣਾ, ਮੂਸੇ ਵਾਲੇ ਇੱਥੇ ਰਹਿਣਾ, ਬੇਟੀਆਂ ਨੇ ਲੁਧਿਆਣੇ ਰਹਿ ਕੇ ਪੜ੍ਹਿਆ ਔਰ ਸਾਰੇ ਪਰਿਵਾਰ ਨੂੰ ਇਸ ਤਰ੍ਹਾਂ ਪੜ੍ਹਾਇਆ ਕਿ ਇਹ ਵੀ ਇਹਨਾਂ ਦੀ ਦੇਣ ਹੈ, ਕਿਉਂਕਿ ਜਿੱਥੇ ਜਾਣਾ ਤੁਸੀਂ ਬੱਚਿਆਂ ਨੂੰ ਪੜ੍ਹਾਓ, ਮੈਂ ਆਪਣੇ ਘਰ ਦਾ ਤਾਂ ਸੁਭਾਵਾਂਗੀ ਸਾਰਿਆਂ ਦੀਆਂ ਅੱਡੋ ਅੱਡ ਡਿਊਟੀਆਂ ਲਾ ਕੇ ਇਹ ਪਰਿਵਾਰ ਨੂੰ ਇਹਨਾਂ ਬਲਦੀਆਂ ਦੇ ਜਾਂਦਾ। ਜਿੱਥੋਂ ਤੱਕ ਮੈਂ ਇਹ ਵੀ ਕਹਿ ਲੈਂਦਾ ਕਿ ਇਹ ਪਰਿਵਾਰ ਦੀਆਂ ਰਿਸ਼ਤੇਦਾਰੀਆਂ, ਮੇਰੀ ਭੈਣ ਅਨੂਪ ਜਿਹੜੀ ਨੇ ਉਹ ਅੱਜ ਕੱਲ੍ਹ ਲੈਕਚਰਾਰ ਹੈ, ਸਾਡੇ ਭਾਈ ਸਾਹਿਬ ਸੰਤੋਖ ਸਿੰਘ ਜੀ ਐਗਰੀਕਲਚਰ ਤੋਂ ਰਿਟਾਇਰ ਹੋਏ,
ਇਸੇ ਤਰ੍ਹਾਂ ਦਵਿੰਦਰ ਜਿਹੜਾ ਇਹਨੇ ਜਿਹੜੀ ਪੜ੍ਹਾਈ ਕੀਤੀ, ਮੈਂ ਇਹ ਵੀ ਕਹਿੰਦਾ ਕਿ ਮੇਰੀ ਭੈਣ ਦੀ ਦੇਣ ਅਨੂਪ ਦੀ, ਸਾਰੇ ਪਰਿਵਾਰ ਨੂੰ ਜਿੰਨੀ ਵੀ ਪੜ੍ਹਾਈ ਦਿੱਤੀ ਹੈ ਇਹ ਅਨੂਪ ਨੇ ਦਿੱਤੀ, ਕਿਉਂਕਿ ਉਹਨੇ ਆਪਦੇ ਕੋਲ ਰੱਖ ਕੇ ਸਾਰੀਆਂ ਭੈਣਾਂ ਅਤੇ ਸਾਰੇ ਭਰਾਵਾਂ ਨੂੰ ਨਾਲੇ ਆਪ ਪੜ੍ਹੀ ਨਾਲੇ ਇਹਨਾਂ ਨੂੰ ਪੜ੍ਹਾਇਆ, ਲੁਧਿਆਣੇ ਦੇ ਵੀ ਪੜ੍ਹਾਇਆ ਨਾ ਸਾਰਿਆਂ ਨੂੰ, ਔਰ ਇਸ ਕਾਰਨ ਕੀਤਾ ਕਿ ਅੱਜ ਇਸ ਪਰਿਵਾਰ ਦਾ ਨਾਂ ਜਿਹੜਾ ਪੰਜਾਬ ਵਿੱਚ ਕਿਹੜੇ ਕਿਹੜੇ ਪਰਿਵਾਰਾਂ ਵਿੱਚ ਨਾਂ ਆਉਂਦਾ, ਔਰ ਪਰਿਵਾਰ ਵਿੱਚ ਮੈਂ ਕਹਿ ਲੈਂਦਾ ਵਰਿੰਦਰ ਅਤੇ ਅਸ਼ੋਕ ਕਪੂਰ ਜਿਹੜੇ ਨੇ ਇਹ ਇਕੱਠੇ ਤੋਂ ਉਹਨਾਂ ਨੇ ਪਿੱਛੇ ਸਿੱਖੀ ਹੈ, ਇਕੱਠੇ ਪੜ੍ਹੇ ਨੇ, ਔਰ ਇਕੱਠੇ ਦੇਖੋ ਉਹ ਸੈਸ਼ਨ ਜੱਜ ਬਣ ਗਏ ਨੇ, ਇਹ ਕਮਿਸ਼ਨਰ ਨੇ ਇਸ ਵੇਲੇ, ਇਹ ਵੀ ਇੱਕ ਤਰੱਕੀ ਦੀ ਗੱਲ ਹੈ ਪਰਿਵਾਰ ਵਿੱਚ। ਇਸੇ ਤਰ੍ਹਾਂ ਪਰਿਵਾਰ ਦੇ ਵਾਹੀ ਵਿੱਚ ਵੀ ਬਹੁਤ ਤਰੱਕੀ ਕੀਤੀ ਹੈ, ਔਰ ਭਰਾਵਾਂ ਵਿੱਚ ਵੀ ਬਹੁਤ ਪਿਆਰ ਅਤੇ ਸੁਭਾਅ ਪਿਆ, ਜਿਹੜੇ ਸਮੇਂ ਵਿੱਚ ਪਰਿਵਾਰ ਅਗਲੇ ਆਉਂਦੇ ਸੀ ਕਿਹੜਾ ਪਰਿਵਾਰ ਇਹ ਮੂਸੇ ਵਾਲੀ ਦਾ ਪਰਿਵਾਰ ਹੈ। ਮੇਰੇ ਤੋਂ ਪਹਿਲਾਂ ਮੇਰੇ ਸਰਕਾਰੀ ਵਕੀਲ ਤਜਿੰਦਰ ਸਿੰਘ ਸੰਧੂ ਨੇ ਇਸ ਪਰਿਵਾਰ ਬਾਰੇ ਸਾਰਾ ਕੁਝ ਦੱਸਿਆ, ਕਿਉਂਕਿ ਸਰਦਾਰ ਜਸਦੇਵ ਸਿੰਘ ਸੰਧੂ ਇੱਕ ਲਾਹੌਰ ਪਰਿਵਾਰ ਵਿੱਚੋਂ ਆ ਕੇ ਜਿਸ ਤਰ੍ਹਾਂ ਉਹਨਾਂ ਮਿਹਨਤ ਦਾ ਸਾਰੇ ਲਾਹੌਰੀਆਂ ਨੂੰ ਇਕੱਠੇ ਰੱਖ ਕੇ ਔਰ ਪਰਿਵਾਰਾਂ ਨੂੰ ਤਰੱਕੀ ਦੇ ਲਈ ਕੰਮ ਹੋ ਰਿਹਾ, ਉਸ ਵਿੱਚ ਵੀ ਸਰਦਾਰ ਜਸਦੇਵ ਸਿੰਘ ਸੰਧੂ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਉਹ ਗਿਆਨੀ ਕਰਤਾਰ ਸਿੰਘ ਦੇ ਬਹੁਤ ਨਿਕਟ ਵਾਪੀ ਸਨ, ਔਰ ਪੰਜਾਬ ਸਰਕਾਰ ਵਿੱਚ ਵਜ਼ੀਰ ਵੀ ਹੈ, ਐਸ ਐਸ ਬੋਰਡ ਦੇ ਚੇਅਰਮੈਨ ਵੀ ਹੈ, ਉਸੇ ਅਹੁਦੇ ਦੇ ਸਰ ਤਜਿੰਦਰ ਸਿੰਘ ਚੇਅਰਮੈਨ ਹੈ। ਇਸੇ ਕਰਕੇ ਅੱਜ ਇਹਨਾਂ ਪਰਿਵਾਰਾਂ ਦਾ ਨਾਂ ਜਿਹੜਾ ਮੰਗਿਆ ਦਾ ਪੰਜਾਬ ਦੇ ਵਿੱਚ, ਅੱਜ ਆਪਾਂ ਸਾਰੇ ਇਸ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਏ ਹਾਂ, ਸਾਥ ਸੰਬੰਧੀ ਰਿਸ਼ਤੇਦਾਰ ਭੈਣ ਭਾਈ, ਜਿਸ ਤਰ੍ਹਾਂ ਕਿ ਮੈਂ ਕੁਛ ਸੁਸ਼ੀਤਾ ਦਾ ਨਾਮ ਲੈਂਦਾ, ਜਗਰਾਜ ਸਿੰਘ ਗੌਧਰ ਦੇ, ਸਾਹ ਗੁਰਮੇਲ ਸਿੰਘ ਦੇ, ਸਾਹ ਤਜਿੰਦਰ ਸਿੰਘ ਦੇ, ਕਟਾਰੀਆ ਸਾਹਿਬ ਨੇ, ਮੇਰਾ ਅਜੀਤ ਤਲਵੀਰ ਜੀ ਹੈ, ਹੋਰ ਸਾਰੇ ਸਰਕਾਰੀ ਅਫਸਰ ਸਾਹਿਬਾਨ ਨੇ, ਰਿਟਾਇਰਡ ਜੱਜ ਸਾਹਿਬਾਨ ਨੇ, ਮੌਜੂਦਾ ਮੁੜ ਸਫਸਰ ਸਾਹਿਬਾਨ ਨੇ, ਹੋਰ ਸਾਥ ਸੰਬੰਧੀ ਰਿਸ਼ਤੇਦਾਰ ਸਭ ਜਿਹੜੇ ਆਪਣੇ ਕੀਮਤੀ ਅਧਿਐਨਾਂ ਨੂੰ ਛੱਡ ਕੇ ਇਸ ਸਾਡੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਏ ਨੇ, ਤੁਹਾਡਾ ਇੱਕ ਹੀ ਕਦਮ ਚੱਲ ਗਿਆ ਇਸ ਸਿਰਫ ਤੇ, ਕਿਉਂਕਿ ਸਮਾਂ ਬਹੁਤ ਹੈ, ਕਹਿ ਲਓ ਇਸ ਪਰਿਵਾਰ ਬਾਰੇ ਬਹੁਤ ਕੁਛ ਹੈ, ਪਰ ਸਿਰਫ ਅਤੇ ਸਿਰਫ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਕੀਮਤੀ ਅਧਿਐਨਾਂ ਵਿੱਚੋਂ ਸਮਾਂ ਕੱਢ ਕੇ ਸਾਡੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਸਾਨੂੰ ਹੌਸਲਾ ਅਤੇ ਤਾਕਤ ਦਿੱਤੀ ਹੈ ਕਿ ਅਸੀਂ ਇਹ ਪਹਾੜਾ ਮੰਨ ਸਕੀਏ, ਸੋ ਚਲੇ ਸਭ ਨੇ ਜਾਣਾ, ਇਸ ਕਰਕੇ ਆਪਾਂ ਸਾਰਿਆਂ ਨੇ ਜਿਹੜੇ ਆਪਣੇ ਰਸਮਾਂ ਰਿਵਾਜ ਦੇ ਮੁਤਾਬਕ ਇਸ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਪਰਿਵਾਰ ਦੇ ਦੁੱਖ ਨੂੰ ਵਧਾਇਆ, ਅਤੇ ਗੁਰੂ ਮਹਾਰਾਜ ਦੇ ਚਰਨ ਵਿੱਚ ਅਰਦਾਸ ਬੇਨਤੀ ਕੀਤੀ ਹੈ, ਇਹ ਸੱਚੇ ਪਾਤਸ਼ਾਹ ਇਸ ਵਿਛੜੀ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ, ਅਤੇ ਪਿੱਛੇ ਪਰਿਵਾਰ ਨੂੰ ਪਹਾੜਾ ਮੰਨਣ ਦਾ ਬਲ ਬਖਸ਼, ਸੰਗਤ ਨੂੰ ਬੇਨਤੀ ਵੀ ਕਰਾਂਗਾ